ਪੰਜ ਸਤਲੁਜ ਦਰਿਆ ਦੇ ਕੰਢੇ ਖੜੇ ਆ, ਪਾਣੀ ਪੂਰਾ ਜ਼ੋਰਾਂ ਸ਼ੋਰਾਂ ਤੇ ਵਗੀ ਜਾਂਦਾ। ਬਾਈ ਮਜ਼ਾਕ ਕਰਦਾ ਸੀ ਯਾਰ, ਸਤਲੁਜ ਦਰਿਆ ਨਹੀਂ ਹੈਗਾ, ਖੇਤ ਹੈ ਨਾ ਆਪਣੇ ਇਹ, ਤੇ ਮੀਂਹ ਪੈ ਗਿਆ ਡੇਰਾ ਸਵੇਰੇ, ਬਹੁਤ ਮੀਂਹ ਪਿਆ ਯਾਰ, ਹੁਣੇ ਮੰਨ ਲਓ ਥੋੜੇ ਟਾਈਮ ਤੋਂ, ਤੇ ਦਰਿਆ ਬਣ ਗਿਆ ਨਾ ਪਿੱਛੇ, ਮਤਲਬ ਗੱਲਬਾਤ ਐਂਜੋਈ ਪਈ ਆ। ਬਾਕੀ ਹਵਾ ਨਾਲ ਥੋੜ੍ਹੀ ਆਵਾਜ਼ ਫਰ ਜੀ ਆਵਾਜ਼ ਆਉਂਦੀ ਹੋਣੀ ਹੈ ਨਾ ਪਿੱਛੇ, ਅਤੇ ਬਾਕੀ ਐਡਜਸਟ ਕਰ ਲਓ ਯਾਰ, ਮੈਂ ਤੁਹਾਨੂੰ ਵਿਊ ਦਿਖਾਉਣਾ, ਬੜਾ ਘੈਂਟ ਬਣ ਰਿਹਾ, ਠੀਕ ਹੈ। ਅਤੇ ਬਾਕੀ ਖੇਤ ਚੱਲਦੇ ਹਾਂ, ਅਤੇ ਬਾਕੀ ਤੁਸੀਂ ਪਿਛਲੇ ਬਲੌਗ 'ਚ ਦੇਖ ਲਿਆ ਹੋਣਾ ਨਾ ਸਿਸਟਮ ਸਾਰਾ, ਆਪਣਾ ਮੋਟਰ ਆਪਾਂ ਨੇ ਨਾ ਨੀਚੇ ਉਤਾਰੀ ਸੀ, ਪਰ ਉਹ ਨੀਚੇ ਹੁਣ ਆਪਾਂ ਨੂੰ ਉੱਪਰ ਚੱਕਣੀ ਪੈਣੀ ਆ, ਉਹ ਡੁੱਬ ਗਈ, ਅਤੇ ਇਸ ਤਰੀਕੇ ਦੀ ਗੱਲਬਾਤ। ਬਾਕੀ ਤੁਹਾਨੂੰ ਵਿਊ ਦਿਖਾਉਣਾ ਮੈਂ ਥੱਲੇ, ਅਤੇ ਬਾਈ ਆਹ ਪਾਹੀ ਹੈ ਨਾ ਆਪਣੀ ਨੂੰ ਜਾਣ ਵਾਲੀ, ਅਤੇ ਤੁਸੀਂ ਪਾਣੀ ਦੇਖ ਲਓ ਵੀ ਕਿਹੜੇ ਹਿਸਾਬ ਨਾਲ ਵਗੀ ਜਾਂਦਾ ਹੈ ਨਾ। ਅੱਜ ਸਾਹਮਣੇ ਜਿਹੜਾ ਖੇਤ ਦੇਖ ਰਿਹਾ ਉਹਦੇ ਜੀਰੀ ਲੱਗੀ ਹੋਈ ਆ ਬਾਈ, ਪਰ ਦਿਖ ਨਹੀਂ ਰਹੀ, ਸਾਰੀ ਡੁੱਬ ਚੁੱਕੀ ਆ, ਅਤੇ ਪੂਰੀ ਘੈਂਟ ਗੱਲਬਾਤ ਹੋਈ ਹੋਈ ਆ। ਅਤੇ ਪਾਹੀ ਮਤਲਬ ਤੁਰਦੇ ਤੁਰਦੇ ਨੂੰ ਵੀ ਭੁਲੇਖਾ ਪੈ ਰਿਹਾ ਵੀ ਕਿਤੇ ਆਲੇ ਦੁਆਲੇ ਨਾ ਹੈ ਨਾ ਪੈਰ ਜਾਵੇ, ਬੜੀ ਸਾਵਧਾਨੀ ਨਾਲ ਆਪਾਂ ਹੌਲੀ ਹੌਲੀ ਚੱਲਦੇ ਹਾਂ, ਖੇਤ ਆਪਣਾ ਕਾਫੀ ਦੂਰ ਅੱਗੇ ਆ। ਅਤੇ ਭਾਈ ਉਹ ਲੰਘ ਗਿਆ, ਬਾਲਟੀ ਲਈ ਜਾਂਦਾ ਪਾਣੀ ਕੱਢਣਾ ਪਹਿਲਾਂ ਗੱਡੇ 'ਚੋਂ, ਅਤੇ ਬਾਕੀ ਗੱਲਬਾਤ ਐਂਡ ਹੋਈ ਪਈ ਆ ਮੇਰੇ ਵੀਰੇ, ਉਹ ਐਂਡ ਹੋਈ ਪਈ ਆ। ਗੱਲਬਾਤ ਪੰਜਾਬੀ ਕੱਢ ਲਈ ਦੀ ਆ, ਕੱਢੀ ਨੀ ਆ ਪਿੱਛੇ ਆ। ਲੈ ਵੀ ਮੇਰੇ ਵੀਰਿਓ ਚੱਕਰਬਾਜ਼ੀ ਹੋ ਗਈ, ਜਾਣਾ ਪੈਣਾ ਬੈਗ, ਮੋਟਰਸਾਈਕਲ ਦੀ ਚਾਬੀ ਪਿੱਛੇ ਰਹਿ ਗਈ। ਚਲੋ ਮੈਂ ਚਾਬੀ ਲੈ ਕੇ ਆਉਣਾ ਇਹਨੇ, ਅਤੇ ਫਿਰ ਕਰਦੇ ਗੱਲਬਾਤ। ਮੈਨੂੰ ਦੁਬਾਰਾ ਬੈਗ ਆਉਣਾ ਪਿਆ ਕਿਉਂਕਿ ਮੈਂ ਚਾਬੀ ਭੁੱਲ ਗਿਆ ਸੀ ਮੋਟਰਸਾਈਕਲ ਦੀ ਪਿੱਛੇ, ਅਤੇ ਸਾਡੇ ਕਿਤੇ ਹੀ ਖੜਾ ਨਾ ਮੋਟਰਸਾਈਕਲ, ਉਹੀ ਕਿਤੇ ਕੰਮ ਹੋ ਜਾਵੇ ਅਤੇ ਕੋਈ ਉਡਾ ਦੇ ਜਾਵੇ, ਅਤੇ ਹੁਣ ਦੁਬਾਰਾ ਤੁਰ ਕੇ ਜਾਣਾ ਪੈਣਾ, ਪਹਿਲਾਂ ਬੜਾ ਔਖਾ ਲੰਘਿਆ ਤਾਂ ਮੈਂ। ਪਾਣੀ ਜਾਣੀ ਕਿ ਵਧੇ ਰਿਹਾ ਪਾਣੀ ਹੈ ਨਾ, ਪਿੱਛੇ ਦੇ ਪਾਣੀ ਆ ਰਿਹਾ ਨਾ ਉੱਧਰ ਤੋਂ ਕੱਢ ਕੇ, ਅਤੇ ਚਲੋ ਔਖਾ ਤੋਂ ਔਖਾ ਖੇਤ ਲਾ। ਇੱਥੋਂ ਪਹਾੜ ਵੀ ਦਿਖਣੇ ਸ਼ੁਰੂ ਹੋਏ ਨੇ ਨਾ, ਮੌਸਮ ਸਾਫ਼ ਹੁੰਦਾ ਉਰੇ, ਆਪਾਂ ਪਹਾੜਾਂ ਦੇ ਥੋੜ੍ਹੇ ਨੇੜੇ ਹੀ ਬੈਠੇ ਹਾਂ, ਕਿਆ ਔਖਾ ਜੱਟਾ ਕਿਆ ਔਖਾ, ਕਹਿੰਦਾ ਖੇਤ ਪਹੁੰਚਦਾ ਫਿਰ ਕਰਦਾ ਗੱਲ। ਅਤੇ ਇੱਥੋਂ ਆਪਣੇ ਖੇਤਾਂ ਦਾ ਵਿਊ ਇੱਦਾਂ ਦਾ ਦਿਖਦਾ ਹੁਣ, ਅਤੇ ਉਹ ਪਿੱਛੇ ਦੇਖੋ ਪਹਾੜ, ਉਹ ਉੱਥੇ ਪਹਾੜ, ਅਤੇ ਇਸ ਤਰੀਕੇ ਦੀ ਗੱਲਬਾਤ ਮੇਰੇ ਵੀਰਿਓ। ਰੱਬ ਨੇ ਕਹਿੰਦੇ ਪੂਰਾ ਮਾਹੌਲ ਬਣਾ ਤਾ, ਪਾਣੀ ਵਾਲੀ ਜਲ ਥਲ ਕਰਾ ਤੀ, ਜੀਰੀਆਂ ਜੂਰੀਆਂ ਡੱਕ ਕੇ ਗਏ ਤੀਆਂ। ਚਲੋ ਹੁਣ ਚੱਲਦੇ ਹਾਂ ਖੇਤ ਵੱਲ। ਉਹ ਥੋੜ੍ਹੀ ਉਹ ਗਿਰ ਗਿਆ ਤਾ, ਅਤੇ ਧਿਆਨ ਨਾਲ ਤੁਰਨਾ ਪੈਣਾ ਮੈਨੂੰ, ਉਰੇ ਚਲਕਣ ਹੋਈ ਹੋਈ ਆ ਨੀਚੇ, ਅਤੇ ਗਰੀਬ ਨੂੰ ਜਾ ਕੇ ਬਾਕੀ ਆਪਾਂ ਨੇ ਸਵੇਰੇ ਨਾਲ ਦੀ ਨਾਲ ਕੱਦੂ ਮਾਰਤਾ ਤਾ ਨਾ, ਬਾਕੀ ਡੋਲਾਂ ਡੋਲਾਂ ਟੁੱਟ ਗਈਆਂ ਯਾਰ, ਪਾਣੀ ਜਦੋਂ ਘਟੂਗਾ ਉਹਦੇ ਬਾਅਦ ਦੇਖਦੇ ਡੋਲਾਂ ਡੋਲਾਂ ਲਾਉਂਦੇ ਹਾਂ, ਡੋਲਾਂ ਨਾਲ ਵੀ ਲਿਪਣੀਆਂ ਪੈਣੀਆਂ ਨੇ, ਕੰਮ ਕਾਫੀ ਵੱਧ ਗਿਆ ਪਾਣੀ ਕਰਕੇ, ਜ਼ਿਆਦਾ ਪਾਣੀ ਕਰਕੇ, ਅਤੇ ਚਲੋ ਕਰਨਾ ਤਾਂ ਪੈਣਾ। ਹੁਣ ਮੇਨ ਮੁੱਦਾ ਹੁਣ ਮੋਟਰ ਤਾਂ ਅੜ ਗਿਆ ਨਾ, ਕਾਫੀ ਹੁਣ ਦਿਨ ਪਰੇਸ਼ਾਨ ਕਰੂਗੀ, 5-6 ਦਿਨ ਘੱਟੋ ਘੱਟ ਵੀ ਉਸਨੂੰ ਲੱਗ ਜਾਣੇ ਨਾ ਸੁੱਕਣ, ਖਾਲਾ ਜੋਏ ਆਰਾਮ ਨਾਲ ਜਾਣਾ ਪੈਣਾ ਮੇਰੇ।
ਇੱਥੇ ਖੜਾ ਮੈਂ ਉੱਪਰ ਅਤੇ ਮੈਂ ਉੱਧਰ ਜਾਣਾ ਮੋਟਰ ਵੱਲ, ਠੀਕ ਹੈ। ਆਹ ਦੇਖੋ ਵਿੱਚ ਪੈਰ ਕਿੰਨਾ ਗਿਆ ਵਿੱਚ, ਆਹ ਦੇਖੋ ਇੰਨਾ ਪਾਣੀ ਹੈ ਵੇ। ਕਿੱਦਾਂ ਜਾਵਾਂਗੇ ਮਿੱਤਰਾ, ਕਿੱਦਾਂ ਜਾਵਾਂਗੇ, ਜੱਟਾ ਜਾਣਾ ਤਾਂ ਪੈਣਾ। ਹੁਣ ਸਿੱਧਾ ਆਪਾਂ ਮੋਟਰ 'ਤੇ ਜਾ ਕੇ ਹੀ ਮਿਲਦੇ ਹਾਂ, ਉੱਥੇ ਦਾ ਪ੍ਰੋਗਰਾਮ ਦੱਸਣਾ ਤੁਹਾਨੂੰ ਵੀ ਕੀ ਵੱਢ ਰਿਹਾ, ਕਿੱਦਾਂ ਪਾਣੀ ਉਹਨੂੰ ਭਰ ਕੇ ਆਉਣਾ, ਬਾਕੀ ਦੇਖਦੇ ਹਾਂ। ਮਾੜੇ ਦੇ ਮਾੜੇ ਭਾਗ ਉੱਪਰ ਤੇ ਥੱਲੇਦਾਰੀ, ਹੁਣ ਡੁੱਬ ਗਈ, ਪਾਣੀ ਵੀ ਪੂਰਾ ਹੋ ਗਿਆ। ਜ਼ਿਆਦਾ ਹੀ ਹੋ ਗਿਆ ਪਾਣੀ ਤਾਂ, ਇਹਦਾ ਇੱਕ ਨਿਕਲਣਾ ਸੌਖੇ ਖੜੇ। ਚਲੋ ਬਾਈ ਕੱਢੋ ਹੁਣ ਪਾਣੀ ਤੇ ਕੱਢੋ ਮੋਟਰ ਬਾਹਰ। ਲਾਰੂ ਨਹੀਂ ਆਇਆ ਸ਼ਗਰੀਤ, ਕਿੰਨਾ ਕੁ ਨੀਚੇ ਨਹੀਂ ਹੈ, ਕਿੰਨਾ ਕੁ ਪਾਣੀ ਹੋਊਗਾ ਸਾਡਾ ਬਾਲਟੀ ਆਊ। ਹੋਰ ਨੀ ਕੱਢਣਾ ਹੈ ਕਿਸੇ ਤੱਕ, ਲੱਕ ਤੱਕ ਇੱਥੇ ਤੱਕ ਲੱਕ ਲੈ, ਬਾਉਂਡਰੀ ਤੱਕ ਟਾਵਰ ਤੱਕ ਪਾਣੀ, ਬਾਉਂਡਰੀ ਡੱਡੂ, ਬਾਉਂਡਰੀ ਥੋੜ੍ਹਾ ਡੱਡੂ ਬੈਠਾ ਥੋੜ੍ਹਾ ਹੈ ਨਾ ਪਾਣੀ, ਇਹ ਤਾਂ ਡੱਡੂ ਪਹੁੰਚਿਆ ਉੱਥੇ ਵੀ ਨਾ, ਡੱਡੂ ਤਾਂ ਕਿੱਥੇ ਜਾਣਾ ਉੱਥੇ। ਬਾਤ ਤਾਂ ਸਹੀ ਹੈ, ਕਹਿੰਦੇ ਵੀ ਆਹ ਦੇਖੋ ਝੱਕ ਇੰਨਾ ਜ਼ੂਮ ਕਰਕੇ ਫੋਟੋ ਪਾ ਲਈ ਜਾਂਦੀ ਹੈ, ਕਹਿੰਦੇ ਲਿਟ ਲਿਟ ਕੇ ਪਹੁੰਚੀ ਆ ਨੌਜਵਾਨ, ਲਿਟ ਲਿਟ ਕੇ ਜੋ ਆਏ ਕਰਦਾ ਉਹ ਇੱਥੇ ਤੈਰਦਾ ਹੀ ਆਪ ਜਾ ਦੇ ਚੱਕ ਕੈਂਚੀ ਮਾਰ ਰਹੇ ਨਾ, ਉਹ ਕੱਲਾ ਹੀ ਗਿਰ ਗਿਆ, ਉਹ ਤਾਂ ਸੁੱਕਾ, ਉਹ ਜਮੀ ਸੁੱਕਾ ਪਿਆ, ਦੇਖ ਲੈ ਗਾਲਾਂ ਗਾਲੀ ਗਲੋਜ ਨੀ ਕਰਨੀ ਆ ਜਸ਼ਨ, ਉਹ ਜਸ਼ਨ ਸੁਣਦਾ ਲਿਪੜਿਆ ਵਾ ਹੈ ਕਿਹੜੀ ਸਾਹ ਪਾਵੇ ਨਾ, ਹਾਂ ਸੁੱਕਾ ਪਿਆ ਜਮੀ। ਉਹ ਜਮੀ ਸੁੱਕਾ ਪਿਆ, ਉਹ ਸੁੱਕਾ ਪਿਆ ਜਮੀ, ਉਹ ਜਮੀ ਹੁਣ ਤਾਂ ਗਾਲ ਕੱਢ ਗੜਿਆਂ ਨੂੰ, ਚੱਲ ਕੋਈ ਨਾ ਪਹਿਲਾਂ ਮੈਂ ਨਾ ਖੋਲ ਲੈ ਬਾਅਦ ਚ ਖੋਲ ਲੈ, ਚੱਲ ਬਚ ਗਿਆ ਮੇਰਾ ਹੱਥ ਦੇ ਲੈ, ਇਹ ਸੁੱਕਾ ਸੁੱਕਾ ਇਹ ਲੱਗਦਾ, ਇਹਨੂੰ ਕਰਨਾ ਪੈਣਾ ਗਿੱਲਾ, ਮਿਸ਼ਨ ਸਕਸੈਸਫੁਲ ਨਹੀਂ ਹੋਇਆ ਭਾਈ, ਦੇ ਦੇਖਦਾ ਮੈਂ ਤਾਂ ਨਹੀਂ ਜਾਂਦਾ ਉਹ ਕਛੜ ਚੱਚੀ ਕਹਿੰਦਾ ਚੱਚੀ ਕਟਾਈ ਕਰੂੰਗਾ ਮੈਂ, ਚੱਚੀ ਕਟਾਈ ਕਰੂੰਗਾ, ਉਹ ਜੀਰੀ ਲੱਗੀ ਹੋਈ ਆ ਉਰੇ, ਠੀਕ ਹੈ ਗੰਦ ਪਾਇਆ ਵਿੱਚ, ਇੱਧਰ ਲੈ ਗਏ ਚਾ ਜੋ
ये दोस्ती ए लड़े लड़ ही तैयारी है ट्रक तई कर बना हुदा है रे ए ए ए ए लत बना के खेल ले डब्ल्यू डब्ल्यू जॉन सीना कर दे चेक दे जोदा कटाई करने वाला हुंदी है रे लत बना के खेल ले लड़ाई करी जाने है खेल ले कर मोटर देख लिया बाबे चली जाना नाटक कदे कहने मोटर कड ली कदे पाती कदे थले करती कदे उपर करती यही चली जाना जटा चैक करती बार बी चैक हां मक्कली खिला रहा इंस्टाग्राम पर करना तेन सेंड चेक हो गया काम चलिए हम ये हटदा नहीं है करूगा कोई करतूत हूं हटदा नहीं है पंगिया दे कलोज लुक लेनी पैनी लगता हूं हटते नहीं पंगे पूरे चल रहे ना दे। हां गारा मार के भाजा निशाना है ला दे मार के भाजा चल ए नहीं गल करनी गल बात है नहीं ए तो है नहीं ले डलम डली हो गए गारों गारी हो गए दोहे लीर है एक एक नहीं बजया है दोते जमा लीर दोए गोल जा बना के मार जोत गोल जा बना के परना रेड कर ले टाठा मारदा है वो बनता आज भाई परस हेडशॉट बॉय कहते मित्रो डबल्यू डबल्यू बेल्ट दे देनी थानू शाम नू अज चक दो मूह च पानी नहीं पाना एक दूए दे दसा मैं तू तो उठ गड ओ मुंह च ना पानी पायो एक दूए दे चलो ओ बस कर उठ गड़ो साले परना डब डुब जाना ओ चढ़ दे अबे साले चढ़ दे यार हथों हथी हथों हथी हो भाई आज नहीं काम करना चल चल चढ़ दे जावे ना हुण ओ क्या बन गया तेरा तू परना किसे जज दे बंदे दे बना के आया कर जान दे चलो बस करो हम लड़ी
ਚਲੋ ਬਸ ਓ ਖੱਡੇ ਜਿਹੜਾ ਗਿਰ ਜੀ ਉਹੀ ਸਾਰਾ ਗੜ ਪੈ ਜਾਵੇ ਕਿਤੇ ਓ ਚਾੜ ਦੇ ਚੱਲ ਹੁਣ ਬਸ ਕਰ ਨਾ ਤਾਂ ਵੱਜ ਗਿਆ ਮੋਢਿਆਂ ਸਾਰਾ ਚੱਕ ਕੇ ਲੈ ਕੇ ਆਏ ਆ ਦਿਖਾ ਮਾੜਾ ਜਿਹਾ ਲੈ ਕੇ ਕਿਤੇ ਤੇ ਆਏ ਉਹ ਵੀ ਦਿਖਾ ਮਾੜਾ ਜਿਹਾ ਉਹ ਉੱਥੇ ਮੋਟਰ ਵਾਲੇ ਲੈ ਕੇ ਆਏ ਆ ਬਾਈ ਨਾਸ ਵੱਜ ਗਿਆ ਮਸੋ ਤੁਰ ਕੇ ਆਏ ਹੋ ਮੋਢਾ ਦੇ ਕਿੰਨਾ ਸੋਹਣਾ ਹੋ ਗਿਆ ਬਾਕੀ ਹੁਣ ਇਹਨੂੰ ਲੈ ਕੇ ਚੱਲਦੇ ਹਾਂ ਘਰ ਵੱਲ ਨੂੰ ਅਤੇ ਬਾਕੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ ਹਾਲੇ ਇੱਧਰ ਨੂੰ ਜਾਣਾ ਆਹ ਪਈ ਜਾਂਦੇ ਜਾਂਦੇ ਉਹ ਸੜਕ ਹੈ ਉਹ ਆਪਣਾ ਮੋਟਰਸਾਈਕਲ ਖੜ੍ਹਾ ਉੱਥੇ ਉਹ ਤੇ ਉੱਥੇ ਤੱਕ ਹੁਣ ਫੇਰਨਾ ਸਵੱਜ ਜਾਣਾ ਚਲੋ ਕਹਿੰਦੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਕਰਦੇ ਜਵਾਨ ਆਖਿਰਕਾਰ ਮੋਟਰ ਨੂੰ ਲੈ ਕੇ ਪਹੁੰਚ ਗਏ ਮੋਟਰਸਾਈਕਲ ਅਤੇ ਚੱਲਦੇ ਹਾਂ ਹੁਣ ਬਾੜੇ 'ਚ ਨੂੰ ਰੱਖ ਕੇ ਇੱਕ ਮੁੱਦਾ ਹੋਰ ਭਖਿਆ ਹੋਇਆ ਉਹ ਵੀ ਹਲੇ ਹੱਲ ਕਰਨ ਚੈੱਕ ਲੈ ਵੀ ਮਿੱਤਰ ਮੋਟਰ ਮੋਟਰ ਕੱਢਣ ਤੋਂ ਬਾਅਦ ਸਾਡੇ ਬੰਦੇ ਨੇ ਕੰਮ ਕਰ ਲਿਆ ਗੱਡੀ ਦਾ ਖਰਾਬ ਕਰ ਲਈ ਪਾਣੀ ਪਵਾ ਲਿਆ ਵਿੱਚ ਕਰਾਲੀ ਸ਼ਹਿਰ 'ਚ ਪਾਣੀ ਬਹੁਤ ਆ ਨਦੀਆਂ ਚੱਲੀ ਜਾਂਦੀਆਂ ਨੇ 10-10 ਫੁੱਟ ਪਾਣੀ ਗਣਾ ਬਾਈ ਪੁਲਾਂ ਥੱਲੇ ਉਹਨਾਂ ਦਾ ਟੋਲਜਨ ਨੂੰ ਕਹਾ ਕੇ ਇਹਨੂੰ ਲੈ ਕੇ ਚੱਲੇ ਹਾਂ ਉੱਥੇ ਲੈ ਕੇ ਜਾਂਦੇ ਬਾਈ ਮਿਸਤਰੀ ਕੋਲ ਚੱਲੇ ਹਾਂ ਆਪਾਂ ਪਾਵਲਾ ਮੋਟਰ ਗੈਰੇਜ ਮਿਸਤਰੀ ਬਾਰੇ ਨਟ ਬੋਲਟ ਕਸਾਉਣੇ ਆ ਤੇਰੇ ਨਹੀਂ ਬਾਈ ਗੱਡੀ ਦੇ ਹਾਂ ਪਲੱਗਾਂ ਨੂੰ ਪਾਣੀ ਲੱਗ ਗਿਆ ਬਾਈ ਇਹਦੇ ਨੂੰ ਪੂਰੀ ਪਲੱਗ ਵੀ ਹੁੰਦੇ ਇਹਨੂੰ ਹਾਂ ਇੰਜਣ 'ਚ ਪਲੱਗ ਹੁੰਦੇ ਨੇ ਕਰੰਟ ਵਾਲੇ ਚੱਲ ਕੋਈ ਨਹੀਂ ਆਹ ਦੇਖੋ ਮਾੜਾ ਜਿਹਾ ਕਹਿੰਦਾ ਖਿੱਚ ਲੈ ਬੈਰੀਆ ਰੋਡ ਆ ਗਈ ਹੁਣ ਤਾਂ ਬ੍ਰੇਕਾਂ ਲੱਗ ਕੇ ਅੱਧਰ ਨਹੀਂ ਦਾ ਪਾਣੀ ਹੈ ਨਾ ਮੈਂ ਅੱਧਰ ਸੋਚੀ ਬੈਠਾ ਤਾਂ ਚੱਲ ਕੋਈ ਨਹੀਂ ਆਉਂਦੇ ਟਰੈਕਟਰ ਬਾਕੀ ਜਲ ਥਲ ਕਰਾ ਦੇ ਨਾ ਰੱਬ ਨੇ ਅੱਜ ਗੁੱਸਾ ਖਾ ਗਿਆ ਰੱਬ ਅੱਜ ਬਾਬਾ ਮੀਂਹ ਪਿਆ ਬਾਬਾ ਬਿਨਾ ਮੋਟਰ ਛੱਡੇ ਦੇ ਕੱਦੂ ਕਰਾ ਦੇ ਰੱਬ ਨੇ ਅੱਜ ਹਨੀ ਨੇ ਦਾੜ ਦਾੜ ਕੱਦੂ ਕਰਦਾ ਅੱਜ ਦੇ ਸਵਾਗਾ ਰਹਿੰਦਾ ਆਪਾਂ ਮਾਰ ਲੈਂਦਾ ਨੇ ਚੱਲ ਸਵਾਗਾ ਦਾ ਫਿਰ ਬਾਜੀ ਤੂੰ ਮੂਹਰੇ ਦੇਖ ਲੈ ਐਕਸੀਡੈਂਟ ਹੋ ਜਾਵੇ ਕਿਤੇ ਉਹ ਤਾਂ ਬੰਦ ਸ਼ਟਰ ਸ਼ੁਟਰ ਜਿਹੇ ਲੱਗੇ ਹੋਏ ਕੰਮ ਖਰਾਬ ਹੋ ਗਿਆ ਫੋਨ ਲਾ ਲੈ ਇਹਨੂੰ ਫੋਨ ਨੰਬਰ ਹੈਗਾ ਬਾਹਰ ਜਾ ਕੇ ਦੇਖ ਤਾਂ ਬੰਦ ਵੀ ਮਿੱਤਰ ਚੱਕਰਬਾਜੀ ਇਹ ਪੈ ਗਈ ਕਿ ਗੱਡੀ ਲੈ ਕੇ ਆਏ ਤੇ ਮਿਸਤਰੀ ਉਰੇ ਹੈ ਨੀ ਜਿੰਦਾ ਲੱਗਿਆ ਵਾ ਬਾਕੀ ਦੇਖਦੇ ਹੁਣ ਕੀ ਬਣਦਾ ਕਰਦੇ ਕੋਈ ਜਗਾੜ ਮਿੰਟ ਫੋਨ ਫੂਨ ਕਰ ਰਹੇ ਮਿਸਤਰੀ ਨੂੰ ਸੋ ਮਿਸਤਰੀ ਦਾ ਪਿੰਡ ਨੇੜੇ ਹੀ ਸੀ ਉਹਦੇ ਘਰਾਂ ਜਾ ਕੇ ਆਪਾਂ ਚਾਬੀ ਲਿਆਏ ਸੀ ਨਾ ਉਹ ਮੁੰਡਾ ਸੀ ਉਹਦਾ ਨਾਲ ਆ ਗਿਆ ਸੀ ਅਤੇ ਫਿਰ ਗੱਡੀ ਅੰਦਰ ਲਾਤੀ ਸੀ ਆਪਾਂ ਅਤੇ ਗੱਡੀ ਫਿਰ ਛੱਡ ਕੇ ਆਪਾਂ ਹੁਣ ਸਿੱਧਾ ਘਰ ਨੂੰ ਜਾ ਰਹੇ ਹਾਂ ਅਤੇ ਗੱਲਬਾਤ ਕਰਦੇ ਹਾਂ ਘਰਾਂ ਜਾ ਕੇ ਹਾਂਜੀ ਅਤੇ ਮੈਂ ਫਿਰ ਘਰਾਂ ਪਹੁੰਚ ਗਿਆ ਤਾਂ ਹੁਣ ਅਤੇ ਮੋਟਰ ਵਗੈਰਾ ਰੱਖਤੀ ਸੀ ਅਤੇ ਉਹ ਸਿਸਟਮ ਤੁਹਾਨੂੰ ਪਤਾ ਹੀ ਆ ਸੁਕਾਉਣੀ ਪੈਣੀ ਹੈ ਨਾ ਹੁਣ ਉਹ ਅਤੇ ਉਹਨੂੰ ਸੁਕਾਉਣ ਦਾ ਨਾ ਅਤੇ ਆਮ ਕਰ ਲੈਣਾ ਅਤੇ ਬਾਕੀ ਯਾਰ ਉਹ ਲਿਬੜੇ ਲਿਬੜੇ ਜਿਹੇ ਹੋਏ ਹੋਏ ਆ ਅਤੇ ਬਾਕੀ ਨਹਾਉਂਦੇ ਜਾ ਕੇ ਫਰੈਸ਼ ਫਰੁਸ਼ ਹੁੰਦੇ ਹਾਂ ਅਤੇ ਫਿਰ ਐਂਡ ਕਰਦੇ ਹਾਂ ਬਲੌਗ ਦਾ ਇੱਥੇ ਅਤੇ ਫਿਰ ਨੈਕਸਟ ਬਲੌਗ ਵਿੱਚ ਮਿਲਦੇ ਹਾਂ ਅਤੇ ਹੁਣ ਥੋੜ੍ਹਾ ਥੱਕ ਗਿਆ ਯਾਰ ਬਹੁਤ ਦੂਰ ਤੋਂ ਚੱਕ ਕੇ ਲੈ ਕੇ ਆਏ ਹਾਂ ਉਹ ਮੋਢਾ ਵੀ ਰੋਣ ਲੱਗ ਗਿਆ ਮੋਢੇ ਦੇਖੇ ਹੈ ਨਾ ਅਤੇ ਬਾਕੀ ਅਗਲੇ ਬਲੌਗ ਵਿੱਚ ਮਿਲਦੇ ਹਾਂ ਅਤੇ ਜੇ ਉਹ ਬਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਲਿਓ ਅਤੇ ਨੈਕਸਟ ਬਲੌਗ ਵਿੱਚ ਮਿਲਦੇ ਹਾਂ ਤਦੋਂ ਤੱਕ ਰੱਬ ਰੱਖ